ਪਹਿਲਾਂ ਤਾਂ ਇਹ ਦੱਸ ਵੀ ਕਿਰਦਾਰ ਸੋਹਣਾ ਕਿੱਥੇ ਨਹੀਂ ਹੁੰਦਾ, ਇਹ ਮੁੰਡੇ ਨੂੰ ਇਹ ਦੱਸ ਕਹਿੰਦਾ ਤੁਹਾਡਾ ਕਿਰਦਾਰ ਬਹੁਤ ਸੋਹਣਾ, ਇਹਨੂੰ ਇਹ ਪੁੱਛ ਵੀ ਕਿਹੜੀ 'ਚ ਨਹੀਂ ਸੋਹਣਾ। ਪੰਜਾਬੀ ਟੇਸ਼ਨ ਨਾਲ ਜੁੜੇ ਹੋ ਅਤੇ ਮੈਂ ਜੱਸੀ ਬਰੈਚ। ਦੋਸਤੋ ਅੱਜ ਅਸੀਂ ਬਹੁਤ ਖਾਸ ਫਿਲਮ ਦੇ ਪ੍ਰੀਮੀਅਰ ਸ਼ੋਅ ਦੇ ਮੌਜੂਦ ਹਾਂ ਜੀ। ਫਿਲਮ ਦਾ ਨਾਮ ਹੈ ਪਦਮ ਸ਼੍ਰੀ ਕੌਰ ਸਿੰਘ। ਸੋ ਦੋਸਤੋ ਪਦਮ ਸ਼੍ਰੀ ਕੌਰ ਸਿੰਘ ਦੀ ਗੱਲ ਕਰੀਏ ਤਾਂ ਕੌਰ ਸਿੰਘ ਇੱਕ ਅਥਲੀਟ ਹੋਏ ਨੇ, ਸਾਡੇ ਸੰਗਰੂਰ ਦੇ ਹੋਏ ਨੇ, ਪੰਜਾਬ ਦੇ ਹੋਏ ਨੇ, ਜਿਨ੍ਹਾਂ ਨੇ ਕਿ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਸਾਡੇ ਦੇਸ਼ ਦਾ, ਸਾਡੇ ਭਾਰਤ ਦਾ ਨਾਂ ਰੋਸ਼ਨ ਕੀਤਾ। ਸੋ ਉਹਨਾਂ ਦੀ ਜੀਵਨੀ 'ਤੇ ਬਣ ਜਾ ਰਹੀ ਹੈ ਜੀ ਫਿਲਮ, ਜੋ ਕਿ ਇੱਕ ਬਾਕਸਰ ਹੋਏ ਨੇ। ਸੋ ਕਹਿ ਸਕਦੇ ਹਾਂ ਕਿ ਇੱਦਾਂ ਦੀਆਂ ਫਿਲਮਾਂ ਦਾ ਸਾਨੂੰ ਸੱਚੀ ਬਹੁਤ ਚਾਅ ਹੁੰਦਾ ਵੇਖਣ ਦਾ, ਕਿਉਂਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਗਾ। ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿੰਨੀ ਕੁ ਮਿਹਨਤ ਕੀਤੀ ਹੈ। ਜੋ ਬਾਲੀਵੁੱਡ ਦੀ ਗੱਲ ਕਰੀਏ, ਜੇ ਬਾਲੀਵੁੱਡ ਦੇ ਵਿੱਚ ਸੁਲਤਾਨ ਵਰਗੀਆਂ ਫਿਲਮਾਂ ਹਿੱਟ ਹੋ ਸਕਦੀਆਂ ਨੇ, ਤਾਂ ਮੈਨੂੰ ਲੱਗਦਾ ਕਿ ਸਾਡੀ ਆਪਣੀ ਪੰਜਾਬ ਦੇ ਵਿੱਚ ਵੀ ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਅਤੇ ਸਾਨੂੰ ਚਾਅ ਵੀ ਰਹਿੰਦਾ ਜਦੋਂ ਕਿਸੇ ਜੀਵਨੀ 'ਤੇ ਫਿਲਮ ਬਣਦੀ ਹੈ। ਸੋ ਅੱਜ ਆਪਾਂ ਫਿਲਮ ਵੀ ਵੇਖਾਂਗੇ, ਸੋ ਫਿਲਮ ਦੀ ਸਟਾਰਕਾਸਟ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿੰਨਾ ਕੁ ਚਾਅ ਇਸ ਫਿਲਮ ਦਾ। ਆਓ ਮੇਰੇ ਨਾਲ ਪ੍ਰੀਮੀਅਰ ਸ਼ੋਅ ਤੇ ਮੌਜੂਦ ਆ, ਫਿਲਮ ਦਾ ਨਾਮ ਹੈ ਪਦਮ ਸ਼੍ਰੀ ਕੌਰ ਸਿੰਘ। ਸਾਡੇ ਨਾਲ ਕਰਮਜੀਤ ਅਨਮੋਲ ਤੇ ਸਾਡੇ ਮਾਤਾ ਜੀ ਮੌਜੂਦ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਾਈ ਜੀ ਕਿੱਦਾਂ ਲੱਗਦਾ ਹਨਾ ਕਿ ਜਦੋਂ ਟ੍ਰੇਲਰ ਵੇਖਿਆ ਸੀ ਪਦਮ ਸ਼੍ਰੀ ਕੌਰ ਸਿੰਘ ਦਾ, ਤਾਂ ਕੀ ਚੱਲ ਰਿਹਾ ਸੀ ਜ਼ਹਿਨ ਦੇ ਵਿੱਚ? ਦੇਖੋ ਜੀ, ਕੌਰ ਸਿੰਘ ਬਾਰੇ ਮਤਲਬ ਟ੍ਰੇਲਰ ਦੇ ਜ਼ਰੀਏ ਜ਼ਿਆਦਾ ਲੋਕਾਂ ਨੂੰ ਪਤਾ ਲੱਗਿਆ। ਸੋ ਸਾਡਾ ਮਤਲਬ ਵੀ ਇਹ ਵੀ ਹੈ, ਸਾਨੂੰ ਅਫਸੋਸ ਵੀ ਹੈ ਕਿ ਸਾਡੇ ਇਹੋ ਜਿਹੇ ਹੀਰੇ ਰੁਲੇ ਫਿਰਦੇ ਨੇ ਕਿ ਜਿਨ੍ਹਾਂ ਦਾ ਬਹੁਤ ਉੱਚ ਸਥਾਨ ਬਣਦਾ ਸਾਡੀ ਸੁਸਾਇਟੀ 'ਚ, ਅਤੇ ਸਰਕਾਰਾਂ ਨੇ ਕੁਛ ਵੀ ਕੀਤਾ ਨਹੀਂ ਪਹਿਲਾਂ, ਹੈ ਨਾ। ਅਤੇ ਹੁਣ ਅਸੀਂ ਅੱਜ ਦੀ ਮੌਜੂਦਾ ਸਰਕਾਰ ਨੂੰ ਜ਼ਰੂਰ ਇਹ ਬੇਨਤੀ ਕਰਾਂਗੇ ਕਿ ਇਹੋ ਜਿਹੇ ਹੀਰੇ ਲੱਭ ਲੱਭ ਕੇ ਉਹਨਾਂ ਨੂੰ ਬਣਦਾ ਸਨਮਾਨ ਸਤਿਕਾਰ ਦਿਓ। ਨਾਲ ਮੈਂ ਇਹ ਵੀ ਬੇਨਤੀ ਕਰੂੰਗੀ ਸਰਕਾਰਾਂ ਨੂੰ ਕਿ ਘੱਟੋ ਘੱਟ ਇਹੋ ਜਿਹੀਆਂ ਫਿਲਮਾਂ ਤੋਂ, ਪੰਜਾਬੀ ਮਾਂ ਬੋਲੀ ਵਾਲੀਆਂ ਫਿਲਮਾਂ ਜਾਂ ਇਹੋ ਜਿਹੇ ਲੋਕਾਂ 'ਤੇ, ਸਾਡੇ ਨਾਇਕਾਂ 'ਤੇ ਜਿਹੜੀਆਂ ਫਿਲਮਾਂ ਬਣ ਰਹੀਆਂ, ਉਹਦਾ ਟੈਕਸ ਮਾਫ਼ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਸਾਡੇ ਪਿੰਡਾਂ ਵਾਲੇ ਲੋਕ ਸਿਨੇਮਿਆਂ ਤੱਕ ਆਉਣ। ਜੇ ਵੀ ਆਪਾਂ ਗੱਲ ਕਰੀਏ ਬਾਲੀਵੁੱਡ ਦੀ, ਸੁਲਤਾਨ ਫਿਲਮ ਬਣਦੀ ਹੈ ਤਾਂ ਮਤਲਬ ਸਾਡੇ ਲਈ ਤਾਂ ਸਬਜੈਕਟ ਹੀ ਬਹੁਤ ਸਾਰੇ ਨੇ ਇੱਦਾਂ ਦੀਆਂ ਫਿਲਮਾਂ ਬਣਾਉਣ ਦੇ। ਸੋ ਮੈਨੂੰ ਲੱਗਦਾ ਕਿ ਸਾਨੂੰ ਕਿ ਚਾਅ ਵੀ ਹੋਣਾ ਚਾਹੀਦਾ ਇੱਦਾਂ ਜੀਵਨੀ ਵੇਖਣ ਦਾ। ਜੇ ਸ਼ਾਹਰੁਖ ਖਾਨ ਪੋਸਟ ਪਾਉਂਦੇ ਆ ਤਾਂ ਮੈਨੂੰ ਲੱਗਦਾ ਉਹਨਾਂ ਬਾਰੇ ਪਤਾ ਲੱਗਦਾ, ਨਹੀਂ ਕਿਸੇ ਨੂੰ ਪਤਾ ਨਹੀਂ ਸੀ ਉਹਨਾਂ ਬਾਰੇ। ਬਿਲਕੁਲ ਜੀ, ਇਹੀ ਅਫਸੋਸ ਹੈ ਕਿ ਸਾਨੂੰ ਸਾਡੇ ਜਿਹੜੇ ਐਡੇ ਵਧੀਆ ਖਿਡਾਰੀ ਰਹੇ ਨੇ, ਜਿਨ੍ਹਾਂ ਨੇ ਪੰਜਾਬ ਦਾ ਨਹੀਂ ਬਲਕਿ ਪੂਰੇ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ, ਐਡੇ ਵੱਡੇ ਖਿਡਾਰੀ ਨੂੰ ਹਰਾਇਆ ਉਹਨਾਂ ਨੇ, ਹੈ ਨਾ। ਸੋ ਉਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਸਾਡੇ ਬੱਚੇ ਬੱਚੇ ਤੱਕ ਹੋਣੀ ਚਾਹੀਦੀ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਫਿਲਮ ਜ਼ਰੀਏ ਸਾਨੂੰ ਕੌਰ ਸਿੰਘ ਬਾਰੇ ਪਤਾ ਲੱਗੂ ਔਰ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੂ। ਬੜੀ ਖੁਸ਼ੀ ਦੀ ਗੱਲ। ਤੁਹਾਡਾ ਕਿਰਦਾਰ ਬਹੁਤ ਸੋਹਣਾ, ਅਤੇ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਇਹ ਦੱਸ ਵੀ ਕਿਰਦਾਰ ਸੋਹਣਾ ਕਿੱਥੇ ਨਹੀਂ ਹੁੰਦਾ, ਇਹ ਮੁੰਡੇ ਨੂੰ ਇਹ ਦੱਸ ਕਹਿੰਦਾ ਤੁਹਾਡਾ ਕਿਰਦਾਰ ਬਹੁਤ ਸੋਹਣਾ, ਇਹਨੂੰ ਇਹ ਪੁੱਛ ਵੀ ਕਿਹੜੀ 'ਚ ਨਹੀਂ ਸੋਹਣਾ। ਨਹੀਂ ਬਲਕਿ ਹਰ ਫਿਲਮ ਮੈਂ ਉਹੀ ਸਵਾਲ ਕਰਦਾ ਸੀ, ਮਤਲਬ ਕਿਹੜੀ ਕਿਹੜੀ ਚੀਜ਼ ਦੀ? ਦੇਖੋ, ਜਿਹੜੀ ਮਾਂ ਹੁੰਦੀ ਹੈ ਨਾ, ਮਾਂ ਦਾ ਕਿਰਦਾਰ ਵਧੀਆ ਹੀ ਹੁੰਦਾ ਹੈ, ਪੁੱਤ ਕੋ ਪੁੱਤ ਹੋ ਜਾਂਦੇ ਆ, ਮਾਵਾਂ ਕੋ ਮਾਵਾਂ ਨਹੀਂ ਹੁੰਦੀਆਂ। ਦੂਜੀ ਗੱਲ, ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕਿ ਪਹਿਲਾਂ ਮੈਂ ਹਰਜੀਤ ਦੀ ਮਦਰ ਦਾ ਕਰੈਕਟਰ ਕੀਤਾ, ਹੁਣ ਮੈਂ ਕੌਰ ਸਿੰਘ ਦੀ ਮਦਰ ਦਾ ਕਰੈਕਟਰ ਕੀਤਾ, ਹੈ ਨਾ। ਅਤੇ ਠੀਕ ਹੈ, ਇਹ ਲੱਗਦਾ ਕਿ ਜੇ ਉਸ ਯੋਧੇ ਨੂੰ ਮੈਂ ਜਨਮ ਨਹੀਂ ਦਿੱਤਾ ਘੱਟੋ ਘੱਟ ਕਿਰਦਾਰ ਦੇ ਰੂਪ ਵਿੱਚ, ਤਾਂ ਮੈਂ ਆਡੀਅੰਸ ਨੂੰ ਹੱਥ ਜੋੜ ਕੇ ਬੇਨਤੀ ਕਰੂੰਗੀ ਕਿ ਜ਼ਰੂਰ ਇਹੋ ਜਿਹੀਆਂ ਫਿਲਮਾਂ ਨੂੰ ਪਿਆਰ ਦਿਓ ਤਾਂ ਕਿ ਅੱਗੇ ਤੋਂ ਸਾਡੇ ਇਹੋ ਜਿਹੇ ਜਿਹੜੇ ਸਨਮਾਨਯੋਗ ਸ਼ਖਸੀਅਤਾਂ ਨੇ ਉਹਨਾਂ 'ਤੇ ਫਿਲਮਾਂ ਬਣਦੀਆਂ ਰਹਿਣ। ਧੰਨਵਾਦ ਮਾਤਾ। ਫਿਰ ਇਸ ਸਮੇਂ ਸਾਡੇ ਨਾਲ ਬਹੁਤ ਹੀ ਖੂਬਸੂਰਤ ਜੀ ਕਿਉਂ ਪ੍ਰਭ ਗਰੇਵਾਲ ਮੈਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ? ਬਹੁਤ ਵਧੀਆ, ਤੁਸੀਂ ਦੱਸੋ? ਇਸ ਲਈ ਤੁਸੀਂ ਤਿਆਰ ਹੋ ਕੇ ਲੱਗਦੇ? ਯੈਸ ਬਿਲਕੁਲ, ਐਗਜ਼ੈਕਟਲੀ। ਕਿੰਨਾ ਕੁ ਚਾਅ ਮਿਲਣਾ ਕੌਰ ਸਿੰਘ ਦੀ ਫਿਲਮ ਬਣਾਈ, ਇੱਕ ਸੱਚੀ ਹਕੀਕਤ ਜੀਵਨੀ ਤੇ ਫਿਲਮ ਬਣੀ ਸੀ, ਤਾਂ ਕਿੰਨਾ ਕੁ ਚਾਅ ਚੀਜ਼? ਬਹੁਤ 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 ਜ਼ਿਆਦਾ ਚਾਅ ਆ। ਐਕਚੁਅਲੀ ਅਸੀਂ ਇਹ ਚੀਜ਼ ਦਿਖਾਉਣਾ ਚਾਹੁੰਦੇ ਸੀਗੇ ਕੌਰ ਸਿੰਘ ਕੌਣ ਨੇ, ਹੈ ਨਾ। ਐਕਚੁਅਲੀ ਬਹੁਤ ਜ਼ਿਆਦਾ ਨਹੀਂ ਪਤਾ ਕੌਰ ਸਿੰਘ ਕੌਣ ਹੈ, ਅਤੇ ਅਸੀਂ ਬਹੁਤ ਸੋਹਣੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਬਹੁਤ ਵੱਡੇ ਪਰਦੇ 'ਤੇ ਲਿਆਉਂਦਾ ਜਾਵੇ ਅਤੇ ਉਹਨਾਂ ਜੀਵਨੀ ਦਿਖਾਈ ਜਾਵੇ। ਬਹੁਤ ਸਾਰੀਆਂ ਫਿਲਮਾਂ ਕਰਦੇ ਹੋ, ਜਦੋਂ ਇੱਦਾਂ ਦੀਆਂ ਫਿਲਮਾਂ ਬਣਦੀਆਂ ਨੇ ਕਿਸੇ ਦੀ ਜੀਵਨੀ 'ਤੇ ਫਿਲਮ ਬਣਦੀ ਹੁੰਦੀ ਹੈ, ਤਾਂ ਉਹਦੇ ਲਈ ਫਿਰ ਕਿੰਨੀ ਕੁ ਐਕਸਟਰਾ ਜਿਹੜੀ ਮਿਹਨਤ ਕਰਨੀ ਪੈਂਦੀ? ਐਕਚੁਅਲੀ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਇਹਦੇ ਵਿੱਚ ਇਹ ਆ ਕਿ ਸਾਨੂੰ ਜਿੱਦਾਂ ਮੈਂ ਇਹਦੇ ਵਿੱਚ ਬਲਜੀਤ ਕੌਰ ਜੀ ਦਾ ਕਰੈਕਟਰ ਪਲੇ ਕੀਤਾ ਆ, ਅਤੇ ਮੈਨੂੰ ਇਹਦੇ ਲਈ ਉਹਨਾਂ ਨੂੰ ਦਿਖਾਉਣਾ ਪਿਆ ਕਿ ਮੈਂ ਕਿੱਦਾਂ ਦੀ ਆ। ਇਹਦੇ ਲਈ ਮੈਂ ਜਦੋਂ ਦੇਖਿਆ ਬਲਜੀਤ ਕੌਰ ਜੀ ਕਿਵੇਂ ਦੇ ਨੇ, ਅਤੇ ਮੈਂ 4 ਕੇ ਜੀ ਵੇਟ ਗੇਨ ਕੀਤਾ ਸੀਗਾ ਉਸ ਟਾਈਮ, ਅਤੇ ਮੈਂ ਉਹਨਾਂ ਨੂੰ ਦੇਖਣ ਲਈ ਕਿ ਉਹ ਕਿੱਦਾਂ ਦੇ ਦਿਖਦੇ ਨੇ, ਹੈ ਨਾ, ਉਹਨਾਂ ਨੂੰ ਦੇਖਿਆ ਪਹਿਲਾਂ ਅਤੇ ਕਿੱਦਾਂ ਦੇ ਬੈਠਦੇ ਉੱਠਦੇ ਆ, ਕਿੱਦਾਂ ਉਹਨਾਂ ਦੀ ਬੋਲ ਬਾਣੀ ਆ, ਅਤੇ ਉਹ ਸਾਰੀ ਚੀਜ਼ਾਂ ਉਹਨਾਂ ਤੋਂ ਸਿੱਖੀਆਂ ਮੈਂ ਜੀ। ਇਸ ਤੋਂ ਪਹਿਲਾਂ ਤੁਹਾਨੂੰ ਫਿਲਮ ਤੋਂ ਪਹਿਲਾਂ ਪਤਾ ਸੀਗਾ ਉਹਨਾਂ ਪਦਮ ਸ਼੍ਰੀ ਕੌਰ ਸਿੰਘ ਬਾਰੇ ਵੀ, ਉਹ ਸੰਗਰੂਰ ਦੇ ਰਹੇ ਨੇ, ਪਤਾ? ਨਹੀਂ ਨਹੀਂ, ਮੈਨੂੰ ਬਿਲਕੁਲ ਨਹੀਂ ਪਤਾ ਸੀਗਾ, ਬਟ ਮੈਂ ਬਹੁਤ ਥੈਂਕਸ ਕਰਦੀ ਹਾਂ ਜੀਆ ਠੱਕਰ ਜੀ ਨਾਲ, ਜਿਨ੍ਹਾਂ ਨੇ ਮਤਲਬ ਇੰਨੀ ਸੋਹਣੀ ਸਟੋਰੀ ਲੈ ਕੇ ਆਉਂਦੀ ਆ, ਹੈ ਨਾ। ਉਸ ਤੋਂ ਬਾਅਦ ਵਿਕਰਮ ਪ੍ਰਧਾਨ ਜੀ, ਜਿਨ੍ਹਾਂ ਨੇ ਇੰਨਾ ਸੋਹਣਾ ਡਾਇਰੈਕਟ ਕੀਤਾ ਆ,
ਤੇ ਸੁਖਵੀਰ ਕਾਸਟ ਜਿਨ੍ਹਾਂ ਨੇ ਸਾਨੂੰ ਸੁਖਵੀਰ ਗਿੱਲ ਜੀ ਜਿਨ੍ਹਾਂ ਨੇ ਸਾਨੂੰ ਕਾਸਟ ਕੀਤਾ ਆ ਬਹੁਤ ਸੋਹਣਾ ਇੱਕ ਪ੍ਰੋਜੈਕਟ ਲੈ ਕੇ ਆਏ ਹਾਂ ਅਸੀਂ ਅਤੇ ਅਸੀਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਅਤੇ ਤੁਸੀਂ ਪਿਆਰ ਦਿਓ विक्की मान जी जो डायरेक्टर ने और सारी स्टार कास्ट ये सिर्फ एक एंटरटेनर नहीं गी एक तथा ते आधारित फिल्म हैगी है साडे पंजाब दे बहुत महान स्पोर्ट्समैन कौर सिंह जी की जिंदगी की कहानियाँ किस तरह वो फौज में किदा उन्होंने जिंदगी स्ट्रगल किया और फिर इंटरनेशनल लेवल के उत्ते उन्होंने जी अचीवमेंट की पद्म श्री अवार्ड दिता गया उन्होंने और कौर सिंह ने फौज में भी सेवा की और उस तो बाद उन्होंने बॉक्सिंग जी सी एक स्पेशल जड़ा एक मुहम्मद अली जो लेजेंडरी बॉक्सर रहे ने वर्ल्ड के उन्होंने एक शो मैच भी किया आई थिंक प्रोबेबली इन दिल्ली तो 1982 गवर्नमेंट ने उन्होंने प्रोमिस किया कि बाद च उन्होंने जोड़ा बनता माण सत्कार तो उन्होंने आर्थिक तौर पर मदद की जाएगी लेकिन जिदा इस देश में एक रवायत है कि जो बंदा प्राइम अपनी जिंदगी हुंदा स्पोर्ट्समैन है कोई भी उदो चकते बहुत ने ताड़ियाँ भी बहुत मारते हैं लेकिन उदे तो बाद च जो उन्होंने जिंदगी दे नाल उन्होंने उन्होंने कोई इमदाद नहीं की उन्होंने बाह नहीं फड़ी उन्होंने जो भी ओल्ड एज में जी उन्होंने एलमेंट सी मैं समझदा इस फिल्म का एक सब तो वड्डा संदेश तो यही है सरकारां लई कि अपने स्पोर्ट्समैन जिहड़े आ उन्हां दी इज्जत माण करो उन्हां नूं राइट अप टिल द एंड ऑफ द लाइफ उन्हां नूं लुक आफ्टर करो उन्हां दे परिवारां नूं लुक आफ्टर करो क्योंकि जे तुसीं अच्छे खिडारियों अगर तुसीं उन्हां नूं प्रमोट करोगे बहुत सारे बच्चे साडे होर खेडां वल जाणगे ते जे जे निरादर करांगे तो फिर जिहड़े जाणा चाहुंदे उह कहणगे देखिया कौर सिंह दा हाल की होया सीगा सो इस करके ये फिल्म दा एक समाजिक सुनेहा वा उत्साहत करेगी बच्चों नौजवानों टू पार्टिसिपेट इन स्पोर्ट्स टू सर्व द आर्मी एंड टू वर्क फॉर योर नेशन कितना वेखदा कि शाहरुख खान एक पोस्ट पाउंदा सी फिर सानू फिर पता लगता भी कौर सिंह भी एक खिडारी होए ने साडियां सरकारां क्यों नहीं ध्यान दिंदियां इन्हां चीज़ां हाँ अच्छी गल तुसीं अच्छा सवाल पूछा इहदे बारे इलम घट आ एक एक इस तरह का वर्ल्ड लैवल का खिडारी जिहड़ा उस वक्त मुहम्मद अली दे नाल एक मैच खेडण दी काबिलियत रखता सीगा बॉक्सिंग रिंग विच इस तरह के आदमी बारे इग्नोरेंस है अज भी पंजाब दे विच मैं समझदा विक्की ने घट्टो घट ये सेवा तो की है दैट इज़ ब्रॉट आउट द लाइफ ऑफ अ वेरी एमिनेंट बॉक्सर तो इस तरह के होर भी साढ़े बहुत सारे खिडारी ने साढ़े पंजाब दे विच जिहड़े बाद विच विचारे रुल गए सो गवर्नमेंट की प्राइम रिस्पोंसिबिलिटी है टू प्रमोट नॉट ओनली प्रमोट एंड टॉक अबाउट स्पोर्ट्स बट ऑलसो टू लुक आफ्टर स्पोर्ट्समैन एंड ऑलसो देयर फैमिलीज लास्ट सवाल आ की लगता कि सिनेमे प्रति की हो सरकार होर करना चाहिए साडे सीएम वो भी कलाकार थोड़ा की लगता की होना चाहिए तो फिल्म का टैक्स वेव ऑफ किया कि नहीं किया नहीं पहली तो मेरी भगवंत सिंह मान नूं बेनती है कि कौर सिंह साडे पंजाब दी एक महत्वपूर्ण फिल्म है द पंजाब सरकार नूं जिहड़ा भी कोई टैक्स लगता इहदे ते जिहड़ा वह हटा देना चाहिए वा और ये फिल्म नूं घर घर तक पहुँचना चाहिए मेरे वैसे भी सारे आवाम नूं दुनिया नूं नौजवानों सब नू मेरी बेनती है कि बड़ी मेहनत लगती है ये पिछे पर्दे के पिछे बहुत कुछ करना पैंदा तुसी ये फिल्म सारे जरूर देखो इस फिल्म नू कामयाब करो इनू अपने हर दुनिया भर च बैठे पंजाबियों के नाल इनू शेयर करो ताकि इस नौजवान नू होर हौसला मिले टू मेक बैटर मूवीज़ बहुत ज़्यादा गाउन बजाउन वाली फिल्मों नालों इदा दी फिल्मां जिहड़ियां उहदा होर भी ज़्यादा इंपोर्टेंस होंदा देखो ये बड़ा ही साड़ी पंजाब लई ऑनर की गल है कि पद्म श्री कौर सिंह जी दे जीवन उत्ते फिल्म बनाई गई है मेरा जड़ा मेन कंसर्न है मनीषा गुलाटी का पहली बार किसी फिल्म के प्रीमियर से पहुंचन का जड़ा कंसर्न है कि जड़ा साड़ा समाजिक ताना बाना है वह किधर जा रहा है और एक यहोजी हस्ती जिंदा बॉक्सिंग की दुनिया जे मुहम्मद अली दे एक नाम नू जानिया जांदा बॉक्सिंग दे नाम तो साडे कौर सिंह जी का क्यों उन्होंने गुमनामी दी जीवन जिया एक जड़ा आज दे टाइम पे एक यहोजे मुद्दे उत्ते मूवी बनना बहुत ही एक उम्दा कदम है मैं आज अपने पंजाब की शान दे ली कि आज दे माहौल नू देखते हुए आज दी जनरेशन नू एक अच्छा मैसेज देंदे हुए इन्होंने मैं मौका दिता बड़े दिन तो इन्होंने मैं इनवाइट किया जो इन्होंने मैं कंटेंट भेजा
मेरा बड़ा कंसर्न है पंजाब के यूथ ली, ताड़ी सारी बेटियां ली, अपने मेल ली, क्योंकि अज जड़ा समा है उलट जा रहे हैं, चीज़ा रिवर्स हो रही ने, मेल की भी सुनवाई नहीं हो रही, 376 का मिस यूज हो रहा, रेप के झूठे केसिस दर्ज हो रहे ने, पर इस पर असं फिर गल करांगे। मेरा बड़ा वड्डा कंसर्न है 376 नू लैके कि न्यूट्रल नहीं है, और अज असी पद्म श्री कौर सिंह जी के बारे में ही गल करांगे कि यह मैनू बड़ा ही एप्रीशिएट करती हाँ कि मैं यह मौका मिले एक इहो जी हस्ती ली कि पहली बारी पंजाब ने यह कदम चुकया कि उन्होंने जीवन से फिल्म बनी, और बॉक्सिंग की दुनिया जो मुहम्मद अली जी का नाम शान न लिया जाता है, तो अज तो कौर सिंह जी का भी नाम जिन्हों के जीवन से मूवी बना रही है, वो सारी टीम ने मैं बहुत बहुत बधाई देनी हाँ। सारे आज मेरे मीडिया के जिन्हें भी बच्चे इस जिनी सारी जनरेशन करी हुई मेरी असली स्ट्रेंथ तुसी लोग ही हो, तो मैं तुम्हें सबन भी एप्रीशिएट करती हाँ और शुभकामना। मैम मुख्यमंत्री ने जिले तो उन्हें पद्म श्री कौर सिंह मांग करोगे कि पढ़ता मान सत्कार दिता जाना चाहिए, भगवंत मान तक अप्रोच करोगे? देखो वो खुद ही एक कला के नाल जुड़े हुए ने साडे पंजाब के माननीय मुख्यमंत्री, और कला का बहुत सम्मान करते हैं, मैं उम्मीद है कि वो भी इस चीज़ को एप्रीशिएट कर। अपने आप नू जीवन ली, जे मैं दूजिया नू मैसेज देनी हाँ क्यों नहीं मूवीज भी देखनी हाँ, म्यूजिक भी सुननी हाँ, जड़ा मेरा इन्ना स्ट्रेस है, मेरी कमीशन सवेर तो लेके रात तक मैं मेरे को कोई मैं स्वीट्स खुआन थोड़ा आंदा है, वो अब हंजू लैके कुड़ियाँ आंदियां ने मावा आंदियां ने उन्होंने हंजू पूंज नहीं आ, तो मैं अपना स्ट्रेस किमें रिलीफ करना है, मैं म्यूजिक भी सुननी हाँ, मूवीज भी देखनी हाँ, और तुहानू सबनू प्यार भी कर दी हाँ। मैम तुहाडे कोले सोसाइटी दी इहो जिहियां बहुत सारियां कहानियां आउंदियां जिन्हां नू दुनिया तक पहुँचाना जरूरी है, तुसीं अपने आप ही करदे वी हो, तो तुहानू हुण लगदा असीं सोच सकदे हां कि सिनेमा तक भी तुसीं अप्रोच करोगे कि हाँ इहो जिहियां जिहड़ियां स्टोरीज ते पहुँचनियां? तुहानू आने वाले टाइम विच इक बड़ी अच्छी न्यूज़ मिलेगी कि इन्हें तो एक काम होने जा रहा है, एक सीरीज बनन जा रही है, और तुम सब एप्रीशिएट करोगे, और साड़ी फीमेल और मी मेल दोनों ली मैं कह कुछ टॉपिक पर काम चल रहा है बड़ी जल्दी, पर एक गल कहेंगे कि आई लव यू ऑल। देव भाजी जो इदा दी सीरीयस कॉन्सैप्ट ਭਾਜੀ ਪਤਾ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ, ਕਾਮੇਡੀ ਵਾਲੀ ਇੱਦਾਂ ਦੀ ਹੈ, ਡਾਕੂ ਦਾ ਮੁੰਡਾ ਮੇਰੀ ਫਿਲਮ ਚੱਲੀ ਹੋਈ ਆ, ਉਹ ਕਾਮੇਡੀ ਥੋੜ੍ਹੀ ਆ, ਉਹ ਤੁਸੀਂ ਕਹਿ ਨਹੀਂ ਸਕਦੇ ਕਲਟ ਫਿਲਮਾਂ ਨੇ ਜਿਹਨਾਂ ਨੇ ਆਪਣੇ ਰਸਤੇ ਬਣਾਏ ਨੇ, ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਆਡੀਅੰਸ ਨਹੀਂ ਜਾਂਦੀ, ਆਡੀਅੰਸ ਆਉਂਦੀ ਹੈ ਸਿਨੇਮੇ 'ਚ, ਬਟ ਕਈ ਵਾਰ ਇਹ ਹੁੰਦਾ ਕਿ ਅਸੀਂ ਬਜਟ ਵੱਲੋਂ ਜਾਂ ਸਾਡੇ ਵਿਸ਼ੇ ਵੱਡੇ ਹੁੰਦੇ ਨੇ, ਸਬਜੈਕਟ ਵੱਡੇ ਹੁੰਦੇ ਨੇ, ਬਟ ਅਸੀਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਵੱਲੋਂ ਮਾਰ ਖਾ ਜਾਂਦੇ ਹਾਂ, ਕਿਉਂਕਿ ਅੱਜ ਕੱਲ੍ਹ ਸਾਨੂੰ ਆਪਣੇ ਬਜਟ ਵੱਡੇ ਲੈ ਕੇ ਜਾਣੇ ਪੈਣਗੇ, ਕਿਉਂਕਿ ਆਡੀਅੰਸ ਦਾ ਇੱਕ ਟੇਸਟ ਡਿਵੈਲਪ ਹੋ ਚੁੱਕਾ, ਚਾਹੇ ਉਹ ਸਾਊਥ ਦਾ ਸਿਨੇਮਾ ਕਹਿ ਲਓ, ਬਾਲੀਵੁੱਡ ਕਹਿ ਲਓ, ਸ਼ਮਸ਼ੇਰਾ ਵਰਗੀਆਂ ਫਿਲਮਾਂ ਆ ਰਹੀਆਂ ਨੇ, ਤਾਂ ਤੁਸੀਂ ਉਹਨਾਂ ਨੂੰ ਸਸਤੀਆਂ ਫਿਲਮਾਂ ਛੋਟੀਆਂ ਫਿਲਮਾਂ ਨਹੀਂ ਦੇ ਸਕਦੇ, ਤਾਂ ਉਹ ਵੀ ਇੱਕ ਮਾਈਂਡ ਸੈੱਟ ਲੈ ਕੇ ਆਉਂਦੇ ਨੇ, ਜੇ ਤੁਸੀਂ ਪੰਜਾਬੀ ਸਿਨੇਮੇ ਨੂੰ ਵੀ ਉੱਥੇ ਤੱਕ ਸਾਨੂੰ ਲਿਜਾਣਾ ਪੈਣਾ। ਮੈਂ ਹਰ ਇੰਟਰਵਿਊ 'ਚ ਇਹੀ ਬੋਲਦਾ ਕਿ ਤੁਹਾਨੂੰ ਜੇ ਸਿਨੇਮੇ ਨੂੰ ਲੈ ਕੇ ਜਾਣਾ ਉਸ ਪੱਧਰ ਤੱਕ, ਤੁਸੀਂ ਕਹਿੰਦੇ ਸਾਡੀਆਂ ਫਿਲਮਾਂ ਪੈਨ ਇੰਡੀਆ ਜਾਣ, ਸਿਰਫ ਪੰਜਾਬ ਤੱਕ ਨਾ ਰਹਿਣ, ਜੇ ਸਾਊਥ ਦਾ ਸਿਨੇਮਾ ਸਾਨੂੰ ਪੰਜਾਬੀਆਂ ਨੂੰ ਆਪਣੇ ਘਰਾਂ 'ਚੋਂ ਕੱਢ ਸਕਦਾ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਉਦਾਂ ਦਾ ਸਿਨੇਮਾ? ਜ਼ਰੂਰ ਕਰੂੰਗਾ ਜੀ, ਚੰਗੀ ਸਕ੍ਰਿਪਟ ਮਿਲੂਗੀ ਮੈਂ ਜ਼ਰੂਰ ਕਰੂੰਗਾ, ਬਟ ਹਾਲੇ ਜਿਹੜਾ ਸਾਡਾ ਅਗਲਾ ਧਿਆਨ ਹੈ, ਹੁਣ ਮੈਂ ਆਪਣਾ ਦੁਬਾਰਾ ਜਿਹੜਾ ਮੇਰਾ ਜੋਨਰ ਐਕਸ਼ਨ ਉਹਦੇ ਵੱਲ ਧਿਆਨ ਹੈ ਜੀ, ਔਰ ਵੱਡਾ ਐਕਸ਼ਨ ਲੈ ਕੇ ਆਊਂਗਾ ਜਿਹੜਾ ਮੈਂ ਨੈਕਸਟ ਵੀਕ ਜਿਹੜਾ ਵੀ ਪ੍ਰੋਜੈਕਟ ਕਰਾਂਗਾ। ਮੈਂ ਜੀ ਦੇਖੋ ਵਾਲੀਬਾਲ ਖੇਡਿਆ ਮੈਂ, ਆਲ ਇੰਡੀਆ ਯੂਨੀਵਰਸਿਟੀ ਕ੍ਰਿਕਟ ਬਹੁਤ ਖੇਡਿਆ ਮੈਂ, ਸੋ ਸਾਰੀਆਂ ਮੈਨੂੰ ਤਾਂ ਦੇਖੋ ਜਿਹੜਾ ਸਪੋਰਟਸਮੈਨ ਬੰਦਾ ਜਿਵੇਂ ਕੌਰ ਸਿੰਘ ਜੀ ਨੇ ਇੰਨੀ ਮਿਹਨਤ ਕੀਤੀ ਔਰ ਕਿਸ ਲੈਵਲ ਤੱਕ ਜਾ ਕੇ ਉਹ ਖੇਡੇ ਔਰ ਉਹਨਾਂ ਦਾ ਜਿਹੜਾ ਹੱਕ ਸੀਗਾ ਉਹ ਉਹਨਾਂ ਨੂੰ ਨਹੀਂ ਮਿਲਿਆ, ਸੋ ਚੀਜ਼ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਦੁਖਦਾਈ ਹੁੰਦੀ ਹੈ, ਜੇ ਸਾਡੀਆਂ ਸਰਕਾਰਾਂ ਸਾਥ ਦੇਣ ਤਾਂ ਸਾਡੀ ਪੰਜਾਬ ਦੀ ਜਿਹੜੀ ਸਪੋਰਟ ਸੀਗੀ, ਤਾਂ ਜੇ ਅਸੀਂ ਮੈਡਲ ਟੈਲੀ ਦੀ ਗੱਲ ਕਰੀਏ ਜਦੋਂ ਨੈਸ਼ਨਲ ਗੇਮਸ ਹੁੰਦੀਆਂ ਸੀਗੀਆਂ ਤਾਂ ਪੰਜਾਬ ਮੋਹਰੀ ਹੁੰਦਾ ਸੀ, ਓਵਰਆਲ ਟਰਾਫੀ ਪੰਜਾਬ ਨੂੰ ਮਿਲਦੀ ਹੁੰਦੀ ਸੀ, ਅੱਜ ਪੰਜਾਬ 8ਵੇਂ ਜਾਂ 9ਵੇਂ ਨੰਬਰ 'ਤੇ ਖਿਸਕ ਗਿਆ ਹੈ ਨਾ, ਅੱਜ ਪੰਜਾਬ ਦੇ ਖਿਡਾਰੀ ਹਰਿਆਣੇ ਵੱਲੋਂ ਜਾ ਕੇ ਜਾਂ ਕਸ਼ਮੀਰ ਵੱਲੋਂ ਜਾ ਕੇ ਖੇਡਦੇ ਆ, ਸੋ ਇਹ ਤੋਂ ਵੱਡੀ ਤਰਾਸਦੀ ਕੋਈ ਹੋ ਨਹੀਂ ਸਕਦੀ, ਸੋ ਮੈਨੂੰ ਲੱਗਦਾ ਸਾਨੂੰ ਸਾਡੀ ਜਿਹੜੀ ਸਪੋਰਟਸ ਹੈਗੀ ਉਹਨੂੰ ਉੱਚਾ ਚੱਕਣ ਦੀ ਜ਼ਰੂਰਤ ਹੈ, ਸਰਕਾਰਾਂ ਇਸ ਵੱਲ ਜ਼ਰੂਰ ਧਿਆਨ ਦੇਣ। ਮੇਰੇ ਤੇ ਹਰ ਤਰ੍ਹਾਂ ਦੀ ਫਿਲਮ ਬਣਦੀ ਆ, ਜਿਹੜੀ ਮਰਜ਼ੀ ਬਣਾ ਲਿਓ ਮੈਂ ਰੈਡੀ ਹਾਂ, ਤੁਸੀਂ ਦੱਸੋ ਕਿਹੜੀ ਬਣਾਉਣੀ ਹੈ, ਥੈਂਕ ਯੂ, ਜਿਹੜੀ ਜਿਹੜੀ ਕਹੋਗੇ ਭਾਜੀ ਉਹ ਖੇਡ ਲਾਂਗੇ, ਥੈਂਕ ਯੂ ਵੈਰੀ ਮਚ, ਥੈਂਕ ਯੂ ਭਾਈ। ਕੌਰ ਸਿੰਘ ਉਹਨਾਂ ਦੇ ਪਤਨੀ ਮਾਤਾ ਜੀ ਮੌਜੂਦ ਨੇ, ਮਾਤਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ। ਫਿਲਮ ਵੇਖ ਕੇ ਆਏ ਹੋ ਪਦਮ ਸ਼੍ਰੀ ਕੌਰ ਸਿੰਘ, ਜੀਵਨੀ ਵੇਖੀ ਆ, ਕਿਵੇਂ ਦਾ ਲੱਗਿਆ? ਬਹੁਤ ਵਧੀਆ ਲੱਗਿਆ, ਬਹੁਤ ਮਨ ਖੁਸ਼ ਹੋ ਗਿਆ।
ਜਿਵੇਂ ਫਿਲਮ ਦੇ ਵਿੱਚ ਵਿਖਾਇਆ ਗਿਆ ਕਿ ਕਿੰਨੀ ਮਿਹਨਤ ਤੁਹਾਨੂੰ ਕਰਨੀ ਪਈ ਸੀ ਆਪਣੇ ਪੈਸੇ ਲਈ, ਕਿ ਹਕੀਕਤ ਸੀ ਸੱਚੀ ਦਫ਼ਤਰਾਂ ਵਿੱਚ ਜਾਂਦੇ? ਹਾਂ, ਬਹੁਤ ਮਿਹਨਤ ਕਰੀ ਫਿਰ ਛੱਡਤਾ ਪੈਂਦਾ ਜੀ। ਹਾਂ, ਛੱਡਤਾ ਪੈਂਦਾ। ਲੱਗਦਾ ਕਿ ਇਦੋਂ ਫਿਲਮ ਦੇਖਣ ਤੋਂ ਬਾਅਦ ਸਰਕਾਰਾਂ ਕੋਈ ਅਸਰ ਹੋਊਗਾ? ਸਰਕਾਰਾਂ ਨੂੰ ਹੁਣ ਕੁਛ ਨਹੀਂ ਹੋਣਾ, ਸਰਕਾਰਾਂ ਨੇ ਤਾਂ ਜਮੀ ਮਿਆਦ ਅਸੀਂ ਤਾਂ ਹੁਣ ਉਹ ਹੋ ਗਈ ਸਾਡੇ ਤੋਂ ਖਤਮ, ਵੀ ਹੁਣ ਨਹੀਂ ਦਿੰਦੇ ਕੁਛ। ਜਦੋਂ ਖੇਡਦੇ ਖੇਡਦੇ ਕਈ ਵਾਰੀ ਫਿਲਮ ਦੇ ਵਿੱਚ ਵਿਖਾਇਆ ਗਿਆ ਕੋਈ ਤੁਰਿਆ ਕਈ ਵਾਰੀ ਮਨ ਟੁੱਟ ਜਾਂਦਾ ਸੀ, ਸੱਚੀ ਹੁੰਦਾ ਸੀ ਇਹਨਾਂ ਦਾ ਮਨ ਟੁੱਟ? ਤੁਸੀਂ ਤੁਸੀਂ ਸਮਝਾਇਆ ਹੋ ਵੀ ਨਹੀਂ। ਹਾਂ, ਮਨ ਟੁੱਟ ਜਾਂਦਾ ਸੀ, ਫਿਰ ਥਾਪੀ ਦੇ ਕੇ ਤੋੜ ਦੇ ਵੀ ਨਾ, ਮਨ ਨਾ ਤੋੜ। ਬਿਲਕੁਲ, ਅੱਜ ਅਸੀਂ ਫਿਲਮ ਦੇ ਪ੍ਰੀਮੀਅਰ ਸ਼ੋਅ ਤੇ ਮੌਜੂਦ ਹਾਂ ਜੀ। ਫਿਲਮ ਦਾ ਨਾਮ ਹੈ ਪਦਮ ਸ੍ਰੀ ਕੌਰ ਸਿੰਘ। ਸੋ ਅੱਜ ਸਾਡੇ ਨਾਲ ਖੁਦ ਪਦਮ ਸ੍ਰੀ ਕੌਰ ਸਿੰਘ ਮੌਜੂਦ ਨੇ। ਬਾਪੂ ਜੀ, ਸਤਿ ਸ਼੍ਰੀ ਅਕਾਲ। ਅੱਜ ਕਿਵੇਂ ਦਾ ਮਹਿਸੂਸ ਹੋ ਰਿਹਾ ਕਿ ਫਿਲਮ ਵੇਖੀ ਆ, ਆਪਣੀ ਜੀਵਨੀ ਤੇ ਫਿਲਮ ਬਣੀ ਹੋਈ ਆ, ਕਿਵੇਂ ਦਾ ਮਹਿਸੂਸ? ਨਾ, ਬਹੁਤ ਵਧੀਆ, ਖੁਸ਼ ਹੈ। ਦਿਖਾਇਆ ਗਿਆ ਕਿ ਤੁਸੀਂ 37 ਸਾਲ ਲਗਾਤਾਰ ਦਫ਼ਤਰਾਂ ਦੇ ਵਿੱਚ ਜਾ ਰਹੇ ਸੀਗੇ, ਕਿਵੇਂ ਦਾ ਲੱਗਦਾ ਕਿ ਕਿਵੇਂ ਦਾ ਸਰਕਾਰਾਂ ਵੱਲੋਂ ਕੋਈ ਹੁੰਗਾਰਾ ਨਹੀਂ ਸੀ ਮਿਲਦਾ? ਕੋਈ ਨਹੀਂ ਮਿਲਦਾ, ਕਿਹੜਾ ਪੁੱਛਦਾ ਸੀ ਕੋਈ? ਪਹਿਲਾਂ 10 ਸਾਲ ਬਾਦਲ ਕਰਕੇ, ਫਿਰ 5 ਸਾਲ ਉਹ ਕਰਕੇ, 5 ਸਾਲ ਉਹ ਕਰਕੇ, ਕੋਈ ਨਹੀਂ ਪੁੱਛਦਾ। ਫਿਲਮ ਦੇ ਵਿੱਚ ਵਿਖਾਇਆ ਗਿਆ ਕਿ ਕਈ ਵਾਰੀ ਤੁਹਾਡਾ ਦਿਲ ਵੀ ਟੁੱਟ ਜਾਂਦਾ ਸੀ, ਹਕੀਕਤ ਦੇ ਵਿੱਚ ਏਦਾਂ ਹੋਇਆ ਕਦੇ ਖੇਡ ਤੋਂ ਦਿਲ ਵੀ ਟੁੱਟ ਗਿਆ ਵੀ ਨਹੀਂ ਕੁਝ ਬਣਦਾ? ਨਾ ਨਾ। ਅੱਜ ਦੀ ਕੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਖੇਡਾਂ ਦੇ ਵਿੱਚ ਆਉਂਦੇ ਹੈਗੇ ਕੀ ਉਹਨਾਂ ਨੂੰ? ਉਹ ਤਾਂ ਅਗਲੇ ਦੀ ਮਰਜ਼ੀ ਆ, ਹੁਣ ਕੋਈ ਉਹ ਨਹੀਂ ਕਹਿੰਦਾ, ਉਹ ਨਹੀਂ ਕਹਿਦਾ। ਲੱਗ ਰਿਹਾ ਕਿਤੇ ਨਾ ਕਿਤੇ ਮਾਣ ਮਹਿਸੂਸ ਹੋ ਰਿਹਾ ਅੱਜ ਆਪਣੇ? ਨਾ, ਬਹੁਤ ਖੁਸ਼ ਹਾਂ, ਮੈਂ ਤਾਂ ਖੁਸ਼ ਹਾਂ ਸਭ ਜੀ। ਅੱਜ ਅਸੀਂ ਮੌਜੂਦ ਹਾਂ ਫਿਲਮ ਦੇ ਪ੍ਰੀਮੀਅਰ ਸ਼ੋਅ ਤੇ, ਫਿਲਮ ਦਾ ਨਾਮ ਹੈ ਪਦਮ ਸ਼੍ਰੀ ਕੌਰ ਸਿੰਘ। ਸੋ ਸਾਡੇ ਨਾਲ ਫਿਲਮ ਦੇ ਡਾਇਰੈਕਟਰ ਵਿਕਰਮ ਪ੍ਰਧਾਨ ਜੀ ਮੌਜੂਦ ਨੇ। ਬਾਈ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਪਹਿਲਾਂ ਤੁਹਾਡਾ ਨਾਂ ਹੀ ਨਾ ਵਿਕਰਮ ਪ੍ਰਧਾਨ, ਪ੍ਰਧਾਨ ਸ਼ਬਦ ਕਿਉਂ ਲਾਇਆ? ਨਹੀਂ, ਉਹ ਜੋ ਹਮ ਪੰਜਾਬੀ ਮੈਂ ਤੂੰ ਵੱਡਾ ਪ੍ਰਧਾਨ, ਪ੍ਰਧਾਨ ਉਹ ਪ੍ਰਧਾਨ ਨਹੀਂ ਹੈ, ਉਹ ਇਹ ਪ੍ਰਧਾਨ ਹੈ। ਤੋ ਇਸਕਾ ਇੱਕ ਮਤਲਬ ਉਹ ਜੋ ਹਮ ਇਸਮੇ ਪੰਜਾਬੀ ਮੈਂ ਜੋ ਟੌਂਟ ਕੇ ਹਿਸਾਬ ਸੇ ਕਹੇ ਤੂੰ ਵੱਡਾ ਪ੍ਰਧਾਨ, ਤੋ ਇਹ ਉਹ ਨਹੀਂ ਹੈ। ਸੱਚੀ ਭਾਈ ਜੀ, ਸਾਡੇ ਸੱਚੀ ਪ੍ਰਧਾਨ ਹੀ ਹੋ ਤੁਸੀਂ, ਸਾਡੇ ਬਹੁਤ ਪਿਆਰਾ ਕੋਨਸੈਪਟ ਦਿੱਤਾ ਸਾਨੂੰ ਪਦਮ ਸ਼੍ਰੀ ਕੌਰ ਸਿੰਘ। ਔਰ ਜਦੋਂ ਹਕੀਕਤ ਦੀਆਂ ਫਿਲਮਾਂ ਕਰਨੀਆਂ ਹੁੰਦੀਆਂ ਨੇ, ਕਿਸੇ ਦੀ ਜੀਵਨੀ ਨੂੰ ਵਿਖਾਉਣਾ ਹੁੰਦਾ, ਤਾਂ ਉਹ ਚੀਜ਼ ਨੂੰ ਕਿੰਨਾ ਔਖਾ ਲੱਗਦਾ? ਨਹੀਂ ਨਹੀਂ, ਔਖਾ ਹੈ, ਬਹੁਤ ਹੀ ਔਖਾ ਹੈ। ਔਰ ਜੈਸੇ ਪਦਮ ਸ਼੍ਰੀ ਕੌਰ ਸਿੰਘ ਜੀ ਕੀ ਜੋ ਉਮਰ ਹੈ, ਉਹ ਐਸੀ ਉਮਰ ਹੈ ਕਿ ਉਨਕੇ ਮਾਇੰਡ ਸੇ ਆਪ ਸਟੋਰੀ ਨਿਕਾਲ ਨਹੀਂ ਸਕਤੇ ਹੋ। ਔਰ ਬਾਇਓਪਿਕ ਮਤਲਬ 2 ਘੰਟੇ ਆਪਕੋ ਸੱਚਾਈ ਬੋਲਨੀ ਹੈ, ਆਪ ਫਾਲਤੂ ਟਾਈਮ ਪਾਸ ਨਹੀਂ ਕਰ ਸਕਤੇ ਹੋ। ਤੋ ਅਗਰ ਕੌਰ ਸਿੰਘ ਜੀ ਦੀ ਕਹਾਣੀ ਹੀ ਨਹੀਂ ਬਤਾਏਂਗੇ ਤੋ ਮੈਂ ਬਤਾਊਂਗਾ ਕੈਸੇ? ਤੋ ਉਨਕੇ ਸਾਥ ਕਾਫੀ ਟਾਈਮ ਬਿਤਾਨਾ ਪੜਾ, ਉਹ ਪਹਿਲੇ ਤੋ ਨਹੀਂ 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 ਮੈਂ ਨਹੀਂ ਮੈਂ ਨਹੀਂ ਮੈਂ ਨੇ ਅਭੀ 70 ਸਾਲ ਕੀ ਉਮਰ ਹੈ ਉਨ ਤੋ ਫਿਰ ਟਾਈਮ ਬਿਤਾਇਆ, ਦੋਸਤੀ ਹੋਈ, ਫਿਰ ਧੀਰੇ 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 ਉਨਕੀ ਬਾਤੇ ਪਤਾ ਪੜੀ ਔਰ ਫਿਰ ਅੱਜ ਖੁਸ਼ ਹੈ ਉਹ ਕਿ ਬਈ ਔਖਾ ਲੱਗਿਆ ਹੋਣਾ, ਕਿਉਂਕਿ ਅਸੀਂ ਉਹਨਾਂ ਨਾਲ ਮੁਲਾਕਾਤ ਕੀਤੀ, ਬਹੁਤ ਘੱਟ ਬੋਲਦੇ ਆ ਉਹ। ਹਾਂ, ਮਤਲਬ ਜਿੰਨੀ ਆਪਾਂ ਗੱਲ ਪੁੱਛੀ 2 ਪੁਆਇੰਟ ਉਹਨਾਂ ਨੇ ਜਵਾਬ ਦੇਣਾ, ਉਹ ਬਹੁਤ ਛੋਟਾ ਜਵਾਬ ਦੇਣਾ ਉਹਨਾਂ ਨੇ। ਮੈਂ ਇਹੀ ਤੁਹਾਨੂੰ ਪੁੱਛਣਾ ਚਾਹੁੰਦੀ, ਤੁਹਾਨੂੰ ਤਾਂ ਚੀਜ਼ ਬਹੁਤ ਮੁਸ਼ਕਿਲ ਲੱਗੀ ਜੋ 2-3 ਘੰਟਿਆਂ ਦੀ ਆਪਣੇ ਪੂਰੀ ਜੀਵਨੀ ਸੁਣਨੀ ਆ ਉਹਨਾਂ ਦੀ, ਔਰ ਇਹ ਵੀ ਧਿਆਨ ਰੱਖਣਾ ਹੁੰਦਾ ਵੀ ਕਿਤੇ ਕੁਝ ਗਲਤ ਨਾ ਹੋ ਜਾਏ, ਜੀਵਨ ਦੇ ਨਾਲ ਖਿਲਵਾੜ ਨਾ, ਕਿਉਂਕਿ ਬਾਇਓਪਿਕ ਮੈਂ ਗਲਤ ਨਹੀਂ ਹੋਣਾ ਚਾਹੀਏ। ਤੋ ਉਹ ਸਹੀ, ਆਪਕੀ ਸਹੀ ਬਾਤ ਹੈ ਕਿ ਉਹ 1-2 ਮੀਟਿੰਗ ਮੈਂ ਨਹੀਂ ਹੋਇਆ, ਉਹ ਮੈਂ ਖਨਲ ਖੁਰਦ 4-4, 5-5 ਦਿਨ ਰਹਾ ਉਨਕੇ ਘਰ ਪੇ, ਉਨਸੇ ਦੋਸਤੀ ਹੋਈ ਅੱਛੀ, ਔਰ ਫਿਰ ਧੀਰੇ 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 ਗੇੜੇ ਲਾਏ ਉਸਮੇ ਕਰਤੇ 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 ਫਿਰ ਆਈ ਉਨਸੇ ਚੀਜ਼ੇ ਬਾਹਰ ਨਿਕਲੀ, ਹਮ ਲਿਖਤੇ ਗਏ ਔਰ ਫਿਰ ਸਟੋਰੀ ਬਣੀ। ਜੋ ਰੋਮਾਂਟਿਕ ਤੁਸੀਂ ਸੀਨ ਫਿਲਮਾਏ ਨੇ, ਉਹਨਾਂ ਨਾਲ ਗੱਲ ਹੋਈ ਸੀ ਵੀ ਕੁਝ ਆਪਣੇ ਇੱਦਾਂ ਦਾ ਐਂਗਲ ਵੀ ਰੱਖਣਾ ਪੈਣਾ? ਬਿਲਕੁਲ, ਦੇਖੋ ਹਰ ਬੰਦਾ ਰੋਮਾਂਟਿਕ ਹੋਤਾ ਹੀ ਹੈ, ਉਹ ਕਦੀ ਦਿਖਾਏ ਕਦੀ ਨਾ ਦਿਖਾਏ, ਲੇਕਿਨ ਰੋਮਾਂਸ ਕਾਮੇਡੀ ਇਹ ਤੋ ਹਰ ਕਿਸੇ ਬੰਦੇ ਕੀ ਲਾਈਫ ਮੈਂ ਹੋਤਾ ਹੀ ਹੈ। ਤੋ ਐਸਾ ਨਹੀਂ ਹੈ ਕਿ ਬਈ ਹਮ ਇੱਕ ਇਮੋਸ਼ਨਲ ਮੁੱਦਾ ਲੈ ਕੇ ਚਲੇ ਤੋ ਵੋ ਹੀ ਹੋਗਾ, ਕਿਉਂਕਿ ਆਪ ਚਾਰੋ ਗਾਣੇ ਆਪਣੇ ਅੱਛੇ ਚੱਲ ਰਹੇ, ਤੇਰਾ ਨਖਰਾ ਅੱਛਾ ਚੱਲ ਰਿਹਾ ਹੈ, ਤੈਨੂੰ ਹਰ ਵੇਲੇ ਲੱਭਦੀਆਂ ਅੱਖੀਆਂ ਅੱਛਾ ਚੱਲ ਰਿਹਾ ਹੈ, ਤੋ ਗਾਣੇ ਸਭ ਹਿੱਟ ਹੈ, ਟ੍ਰੇਲਰ ਆਪਣਾ ਹਿੱਟ ਹੈ, ਕਾਮੇਡੀ ਹੈ, ਰੋਮਾਂਸ ਹੈ, ਔਰ ਹਾਂ ਇੱਕ ਦੁੱਖ ਹੈ ਜਿਸਕੇ ਲਈ ਇਹ ਮੁੱਦਾ ਜੋ ਫਿਲਮ ਬਣਾਈ ਹੈ ਉਹ ਵਾਲਾ ਦੁੱਖ ਤੋ ਹੈ ਕਿ ਬਈ ਉਨਕੀ ਇੱਜ਼ਤ ਨਹੀਂ ਹੈ ਇਸ ਬੰਦੇ ਕੀ। ਕ੍ਰਿਕਟ ਚੱਲ ਰਹੀ ਹੈ ਇੱਕ ਪਾਸੇ, ਉਹ ਖਿਲਾੜੀ ਆ ਜਿਹੜਾ ਸਾਡੇ ਨੇ ਓਲੰਪਿਕ ਜਿਹੜਾ ਖੇਡਿਆ ਹੈਗਾ ਉਹਨੂੰ ਆਪਾਂ ਅੱਖੋਂ ਬਰੋਖੇ ਕਰ ਰਹੇ ਹਾਂ, ਉਹ ਚੀਜ਼ ਬਹੁਤ ਸੋਹਣੀ ਲੱਗੀ। ਇਹ ਦੇਖੋ ਆਪ ਮੇਰਾ ਸੀਨ ਬੋਲ ਰਹੇ ਹੋ, ਕਿਉਂਕਿ ਇਹ ਆਪਨੇ ਅਭੀ ਫਿਲਮ ਦੇਖੀ ਹੈ, ਤੋ ਜੋ ਮੇਰੇ ਦਿਲ ਮੇ ਥਾ ਕਿ ਲੋਕ ਦੇਖੇ ਕਿ ਕ੍ਰਿਕਟ ਮੈਂ ਕਿਤਨਾ ਉਲਝਾ ਹੋਇਆ ਗਵਰਨਮੈਂਟ ਆਫਿਸ, ਔਰ ਇਸਕੋ ਬੋਲ ਰਹੇ ਕਿ ਅੱਜ ਛੁੱਟੀ ਹੈ ਕਲ ਆਓ, ਤੋ ਕਿਤਨਾ ਇਨਸਲਟਿੰਗ ਹੈ, ਮਤਲਬ ਹੈ ਨਾ, ਮਤਲਬ ਇੱਕ ਹੀ ਸਪੋਰਟ ਕੋ ਆਪ ਪੂਰਾ ਸਰ ਚੜਾ ਕੇ ਰੱਖਾ ਹੋਇਆ ਔਰ ਦੂਸਰਾ ਬੇਚਾਰਾ ਓਲੰਪੀਅਨ ਹੈ ਉਸਕੋ ਆਪ ਖੜਾ ਵੀ ਨਹੀਂ ਕਰ ਰਹੇ ਹੋ, ਹੈ ਡਿਫਰੈਂਸ, ਇੰਡੀਆ ਕੋ ਲਾਣਾ ਹੈ ਜਗ੍ਹਾ ਪੇ। ਸੋ ਮਚ, ਬਹੁਤ ਚੰਗਾ ਕੰਸੈਪਟ ਹੈ, ਸੋ ਥੈਂਕ ਯੂ ਵੈਰੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਭਾਈ, ਤੁਹਾਨੂੰ ਕਿੱਦਾਂ ਲੱਗੀ ਫਿਲਮ ਵੇਖ ਕੇ ਪਦਮ ਸ਼੍ਰੀ ਕੌਰ? ਬਹੁਤ ਵਧੀਆ, ਬਹੁਤ ਕੀ ਲੱਗਦਾ ਵੀ ਖਿਡਾਰੀ ਹੈ ਨਾ ਆਪਾਂ
अपने इलाज लिए वाज उतर सकता अपने देश दे विच रहे खिलाड़ी अपनी सारी जिंदगी अपनी कमाई अपनी सेहत अपनी मेहनत बहुत कुछ लाते सरकार कुछ नहीं करती किदा लगी बहुत वधिया लगी कौर सिंह पदम श्री जिहड़ा लास्ट दे विच अखीर दे विच एक होस्पिटल च पिया तो सरकार ने जिहड़ा अनाउंस किया खिडारियों नूं जो इनाम अनाउंस किया 38 साल हो गए हाले तक भी नहीं मिले तो मैनू लगता सरकारां दी नाकामी आ तो इदा नहीं करना चाहिए जिहड़े साडे खिडारी ने जिन्हां दा चाहे कलाकार कोई भी फील्ड है जिहड़ा एक समाज दे विच योगदान पाउंदे ने घट्टो घट जे सरकारां नहीं तां मैनू लगदा होर संस्थावां नूं उहनां दे हक दे विच जरूर खड़ना चाहिए और यह जिहड़ी फिल्म है इदां दी सैलीब्रिटी जिहड़े अपने उह च रहे ने जिन्हां ने मेहनत की है उहनां ते इदां दे मुद्दिआं ते फिल्म आउणी चाहीदी तो फैनली अज असी मौजूद सी जी फिल्म के प्रीमियर शो से फिल्म का नाम पद्म श्री कौर सिंह सो बा कमाल फिल्म वेखी आपने फिल्म की स्टारकास्ट के नाल भी गलबात की और फिल्म के मुख जिन्होंने कि हकीकत के जिन्होंने पद्म श्री कौर सिंह उन्होंने गलबात की उन्होंने परिवार के नाल गलबात की और जाने बिल्कुल सच्चिया जी गल् फिल्म के विखाई गई ने सच्चे जे हालात में विखाया गया कि किस तरह उन्होंने दफ्तर के जाके एक सरकार वालों ऐलाने इनाम के लिए दफ्तर के धक्के खाधे है बूहे खटखटाए आ पर कुछ हासिल नहीं होंगे 37 साल लगातार उन्होंने इस तरीके सरकार अगे जाते पर उन्होंने जवाब के कुछ अजिही मिलता कि ना नौकरी मिलती रही उन्होंने सो फिल्म बा कमाल अगर तुम फिल्म नहीं देखी 22 तरीक नूं फिल्म रिलीज़ होने वाली है जी पद्म श्री कौर सिंह एक हकीकत से एक जीवन नूं बयान किया गया पद्म श्री कौर सिंह होरां दे जीवनी नूं बयान किया गया इस फिल्म के बा कमाल की बहुत खूबसूरत जी फिल्म बनी आ तुसीं भी अपने नज़दीकी सिनेमाघरां विच जरूर जाए तो फिल्म वेखो तो अपनी फैमिली नूं ते अपने बच्चों नूं फिल्म जरूर विखाओ कि जो थक हार टुट गए ने जरूर इस फिल्म नूं वेखण कि किस तरह सानूं अपनी जिंदगी दे विच जद्दोजहद जारी रखनी चाहिए है।